ਇੱਥੇ ਸੁਰੱਖਿਆ ਦੀ ਜਿਹੜੀ ਲੇਅਰ ਬਣਾਈ ਜਾ ਰਹੀ ਹੈ, ਕੱਲ੍ਹ ਜਿਸ ਵੇਲੇ 4 ਤਰੀਕ ਜਿਸ ਵੇਲੇ ਕਾਊਂਟਿੰਗ ਹੋਗੀ, ਉਸ ਵੇਲੇ 4 ਲਹਿਰਾਂ ਦੇ ਵਿੱਚ ਜਿਹੜੀ ਹੈ ਸਿਕਿਉਰਿਟੀ ਰੱਖੀ ਜਾਊਗੀ। ਇੱਕ ਪਹਿਲੀ ਸਿਕਿਉਰਿਟੀ ਮੇਨ ਗੇਟ 'ਤੇ ਰੱਖੀ ਜਾਊਗੀ, ਉਸ ਮੇਨ ਗੇਟ ਦੇ ਉੱਤੇ ਉਹੀ ਸ਼ਖਸ ਅੰਦਰ ਐਂਟਰ ਹੋ ਸਕਦਾ ਵਾ ਜਿਸ ਦੇ ਕੋਲ ਕਾਰਡ ਬਣਿਆ ਹੋਊਗਾ, ਜਿਸ ਕੋਲ ਪਰਮਿਸ਼ਨ ਹੋਊਗੀ ਉਹੀ ਸ਼ਖਸ ਅੰਦਰ ਆ ਸਕਦਾ। ਉਸ ਤੋਂ ਬਾਅਦ ਇੱਥੇ ਆ ਕੇ ਉਹ ਆਪਣੀ ਗੱਡੀ ਦੀ ਪਾਰਕਿੰਗ ਕਰ ਸਕਦਾ। ਉਸ ਤੋਂ ਬਾਅਦ ਦੂਜੀ ਲਹਿਰ ਜਿਹੜੀ ਆ ਉਹ ਇਸ ਗੇਟ ਤੋਂ ਸ਼ੁਰੂ ਹੋਊਗੀ, ਇਸ ਜਗ੍ਹਾ ਤੋਂ ਦੂਜੀ ਲਹਿਰ ਸ਼ੁਰੂ ਹੋਗੀ, ਔਰ ਇਸ ਜਗ੍ਹਾ ਦੇ ਉੱਤੇ ਉਹੀ ਸ਼ਖਸ ਅੰਦਰ ਐਂਟਰ ਹੋ ਸਕਦਾ ਜਿਸ ਦੇ ਕੋਲ ਕਾਰਡ ਹੋਊਗਾ, ਜਿਸ ਦੇ ਕੋਲ ਅੰਦਰ ਜਾਣ ਦੀ ਪਰਮਿਸ਼ਨ ਹੋਊਗੀ ਉਹੀ ਸ਼ਖਸ ਇੱਥੋਂ ਦੀ ਅੰਦਰ ਜਾ ਸਕਦਾ। ਔਰ ਉਸ ਤੋਂ ਬਾਅਦ ਤੀਜੀ ਲਹਿਰ ਜਿਹੜੀ ਹੈਗੀ ਹੈ, ਤੁਸੀਂ ਦੇਖ ਸਕਦੇ ਹੋ ਕਿ ਇਸੀ ਗੇਟ ਤੋਂ ਹੁੰਦੇ ਹੋਏ ਤੀਜੀ ਲਹਿਰ, ਕਿਉਂਕਿ ਇੱਥੇ ਜਿਹੜੇ ਸਿਕਿਉਰਿਟੀ ਇੰਚਾਰਜ ਹੈਗੇ ਨੇ ਉਹ ਇੱਥੇ ਬੈਠੇ ਹੋਣਗੇ, ਉਹ ਪਹਿਲਾਂ ਤੁਹਾਡਾ ਕਾਰਡ ਚੈੱਕ ਕਰਨਗੇ, ਉਸ ਤੋਂ ਬਾਅਦ ਹੀ ਉਸ ਸ਼ਖਸ ਨੂੰ ਅੰਦਰ ਜਾਣ ਦਿੱਤਾ ਜਾਊਗਾ। ਜੇਕਰ ਕਿਸੇ ਸ਼ਖਸ ਦੇ ਕੋਲ ਕਾਰਡ ਨਹੀਂ ਹੋਊਗਾ ਤਾਂ ਉਹ ਅੰਦਰ ਕਾਊਂਟਿੰਗ ਸੈਂਟਰ 'ਤੇ ਨਹੀਂ ਜਾ ਸਕਦਾ। ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਕੀਤੇ ਗਏ। ਉਸ ਤੋਂ ਬਾਅਦ ਤੀਸਰੀ ਇਹ ਲੇਅਰ ਹੈ, ਅਤੇ ਇਸ ਤੋਂ ਬਾਅਦ ਇਸ ਦੇ ਅੰਦਰ ਇੱਕ ਚੌਥੀ ਲੇਅਰ ਹੈਗੀ ਹੈ। ਪਰ ਉਸ ਤੋਂ ਲਾਣ ਨਾਲ ਮੈਂ ਅਸੀਂ ਇਸ ਚੀਜ਼ ਦਿਖਾ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਕਾਊਂਟਿੰਗ ਸੈਂਟਰ ਹੈਗੇ ਨੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ, ਔਰ CCTV ਕੈਮਰਾ ਜਿਹੜਾ CCTV ਕੈਮਰਾ ਵਾ ਉਸ ਦੀ ਨਿਗਰਾਨੀ ਵਾਸਤੇ ਸਪੈਸ਼ਲ ਮੁਲਾਜ਼ਮ ਤੈਨਾਤ ਕੀਤੇ ਗਏ ਨੇ। ਤੁਸੀਂ ਦੇਖ ਸਕਦੇ ਹੋ ਕਿ CCTV ਕੈਮਰਾ ਜਿਹੜਾ ਹੈਗਾ ਵਾ ਉਹ ਲੱਗਿਆ ਹੋਇਆ, ਔਰ ਉਸ ਦੇ ਉੱਤੇ 24 ਘੰਟੇ ਲਗਾਤਾਰ ਪੰਜਾਬ ਪੁਲਿਸ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਉਹ ਤੈਨਾਤ ਕੀਤੇ ਗਏ ਨੇ। ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਹੈ ਇਹ ਤੀਸਰੀ ਲੇਅਰ ਹੈਗੀ ਹੈ। ਇਸ ਤੀਸਰੀ ਲੇਅਰ ਦੇ ਉੱਤੇ ਵੀ ਪਹਿਲਾਂ ਤੁਹਾਡੀ ਚੈਕਿੰਗ ਹੋਊਗੀ, ਤੁਹਾਡੇ ਕੋਲ ਨਾ ਤਾਂ ਕਿਸੇ ਤਰੀਕੇ ਦਾ ਕੋਈ ਔਜ਼ਾਰ ਜਾਂ ਕੋਈ ਤੇਜ਼ ਤਿਆਰ ਹਥਿਆਰ ਜਾਂ ਤੇਜ਼ ਕੋਈ ਚੀਜ਼ ਨੁਕੀਲੀ ਚੀਜ਼ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਇਸ ਚੀਜ਼ ਦਾ ਖਾਸਾ ਤੌਰ 'ਤੇ ਧਿਆਨ ਰੱਖਿਆ ਜਾ ਰਿਹਾ ਵਾ। ਔਰ ਇਸ ਦੇ ਨਾਲ ਨਾਲ ਇਹ ਵੀ ਧਿਆਨ ਰੱਖਿਆ ਜਾ ਰਿਹਾ ਕਿ ਕੋਈ ਸ਼ਰਾਰਤੀ ਤੱਤਵ ਵੀ ਇਸ ਤੀਸਰੀ ਲੇਅਰ ਤੋਂ ਅੰਦਰ ਨਾ ਜਾ ਸਕੇ, ਕਿਉਂਕਿ ਇਸ ਤੀਸਰੀ ਲੇਅਰ ਤੋਂ ਬਾਅਦ ਜਿਹੜੀ ਚੌਥੀ ਲੇਅਰ ਹੋਗੀ ਉਹ ਆਖਰੀ ਲੇਅਰ ਹੈ, ਔਰ ਉਸ ਦੇ ਵਿੱਚ ਹੀ ਜਿਹੜਾ ਵਾ ਸ਼ਖਸ ਨੂੰ ਅੰਦਰ ਜਾਣ ਦੀ ਪਰਮਿਸ਼ਨ ਹੋਊਗੀ, ਔਰ ਉਸ ਤੋਂ ਬਾਅਦ ਜਿਹੜੇ ਕਾਊਂਟਿੰਗ ਸੈਂਟਰ ਵਿੱਚ ਕਾਊਂਟਿੰਗ ਹੋਊਗੀ ਉਸ ਨੂੰ ਦੇਖਿਆ ਜਾਊਗਾ, ਔਰ ਤਮਾਮ ਜਿਹੜੇ ਅਧਿਕਾਰੀ ਹੋਣਗੇ ਉਹ ਇਸ ਲਈ ਮੌਜੂਦ ਹੋਣਗੇ। ਔਰ ਉਸਦੇ ਨਾਲ ਨਾਲ ਤੁਹਾਨੂੰ ਆਂਕੜੇ ਦੱਸ ਦੇਣੇ ਚਾਹੁੰਦੇ ਹਾਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਟੋਟਲ ਜਿਹੜੇ ਵੋਟਰ ਹੈਗੇ ਨੇ ਉਹ 17,57,000 ਦੇ ਕਰੀਬ ਕਰੀਬ ਵੋਟਰ ਹੈਗੇ ਨੇ, ਪਰ ਜਿਨ੍ਹਾਂ ਵਿੱਚੋਂ ਇਸ ਵਾਰ ਦੀ ਵੋਟ ਜਿਹੜੀ ਭੁਗਤੀ ਹੈ ਉਹਨਾਂ 'ਚੋਂ 10,58,000 ਜਿਹੜੀ ਵੋਟ ਹੈ ਉਹ ਭੁਗਤੀ ਹੈ। ਲਗਭਗ ਕਿਹਾ ਜਾ ਸਕਦਾ ਕਿ 60% ਜਿਹੜੀ ਵੋਟ ਹੈ ਇਸ ਵਾਰ ਲੋਕ ਸਭਾ ਸੀਟ ਵਾਸਤੇ ਭੁਗਤਾਈ ਗਈ ਹੈ, ਔਰ ਉਸ ਤੋਂ ਬਾਅਦ ਜਿਹੜੇ 43 ਉਮੀਦਵਾਰ ਹੈਗੇ ਨੇ, ਕਿਉਂਕਿ ਕਿਹਾ ਜਾਂਦਾ ਵਾ ਕਿ 70 ਉਮੀਦਵਾਰਾਂ ਨੇ ਆਪਣਾ ਨਾਮਾਂਕਣ ਪੱਤਰ ਦਾਖਲ ਕੀਤਾ ਸੀਗਾ, ਤਾਂ ਉਹਨਾਂ ਵਿੱਚੋਂ ਜਿਹੜੇ 43 ਉਮੀਦਵਾਰ ਹੀ ਮੈਦਾਨ 'ਚ ਉਤਾਰੇ ਗਏ ਸੀਗੇ, ਅਤੇ ਉਸ ਤੋਂ ਬਾਅਦ 43 ਦੇ 43 ਉਮੀਦਵਾਰਾਂ ਦਾ ਜਿਹੜਾ ਭਵਿੱਖ ਹੈਗਾ ਵਾ ਜਿਹੜਾ ਵਾ ਉਹ ਇਸ ਵੇਲੇ ਇਹਨਾਂ ਮਸ਼ੀਨਾਂ ਦੇ ਅੰਦਰ ਬੰਦ ਪਏ ਨੇ, ਜਿਹੜੇ ਮਸ਼ੀਨਾਂ ਇਸ ਵੇਲੇ ਨਿਗਰਾਨੀ 'ਚ ਰੱਖੀਆਂ ਗਈਆਂ ਨੇ। 1 ਜੂਨ ਨੂੰ ਇਹ ਵੋਟਿੰਗ ਹੋਈ ਸੀ, ਉਸ ਤੋਂ ਬਾਅਦ ਲਗਾਤਾਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸੀ, ਔਰ ਇਸ ਦੇ ਨਾਲ ਜਿਹੜੀ ਚੌਥੀ ਲੇਅਰ ਦੀ ਅਸੀਂ ਤੁਹਾਨੂੰ ਦੱਸ ਰਹੇ ਸੀ ਗੱਲ, ਉਸ ਦੇ ਵਿੱਚ CRP ਜਿਹੜੀ ਹੈ ਉਹ ਵੀ ਤੈਨਾਤ ਕੀਤੀ ਗਈ ਹੈ, ਔਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਦੇਖਣਾ ਇਹ ਹੋਵੇਗਾ ਕਿ ਜਦ ਕੱਲ੍ਹ ਜਦੋਂ 4 ਤਰੀਕ ਨੂੰ ਜਦੋਂ ਮਸ਼ੀਨਾਂ ਖੁੱਲ੍ਹਣਗੀਆਂ ਤਾਂ ਕਿਹੜਾ ਉਮੀਦਵਾਰ ਅੱਗੇ ਹੁੰਦਾ ਵੈ ਅਤੇ ਕਿਹੜਾ ਉਮੀਦਵਾਰ ਪਿੱਛੇ ਰਹਿ ਜਾਂਦਾ ਵੈ, ਇਹ ਤਾਂ ਹੁਣ ਆਉਣ ਵਾਲਾ ਸਮੇਂ ਦੱਸੂਗਾ। ਅਸੀਂ ਇੱਥੇ ਲੁਧਿਆਣਾ ਸੈਂਟਰਲ ਜਿਹੜਾ 63 ਹਲਕਾ ਹੈਗਾ ਉਹਦੇ ਕਾਊਂਟਿੰਗ ਹਾਲ 'ਤੇ ਖੜ੍ਹੇ ਹਾਂ, ਅਤੇ ਇੱਥੇ ਹੀ ਸਾਡਾ ਜਿਹੜਾ ਪੋਸਟ ਪੋਲ ਸਟਰੋਂਗ ਰੂਮ ਹੈ ਜਿੱਥੇ ਸਾਰੀ ਮਸ਼ੀਨਾਂ ਰੱਖੀਆਂ ਹੋਈਆਂ ਹੈਗੀਆਂ, ਜਿੱਥੇ ਇਲੈਕਸ਼ਨ ਪੇਪਰ ਸਟਰੋਂਗ ਰੂਮ ਵੀ ਜਿਹੜਾ ਬਣਿਆ ਹੋਇਆ ਉਹਦੇ ਨਾਲ ਜਿਹੜੇ ਦਸਤਾਵੇਜ਼ ਨੇ ਉਹ ਇੱਥੇ ਸਟੋਰ ਕੀਤੇ ਗਏ ਨੇ। ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਬਹੁਤ ਹੀ ਪੁਖਤੇ ਅਰੇਂਜਮੈਂਟ ਅਸੀਂ ਸਿਕਿਉਰਿਟੀ ਪੱਖੋਂ ਇੱਥੇ ਕਰਵਾਏ ਨੇ। 3 ਪੈਰਾਮੀਟਰਸ ਅਸੀਂ ਬਣਾਏ ਨੇ, 3 ਪੈਰੀਮੀਟਰਸ ਕਿ ਜਿਹੜਾ ਇੱਕ ਇਨਰ ਪੈਰੀਮੀਟਰ ਹੁੰਦਾ ਜਿੱਥੇ ਬਿਲਕੁਲ ਜਿਹੜਾ ਡੋਰ ਹੈ ਸਟਰੋਂਗ ਰੂਮ ਦਾ, ਜਿੱਥੇ ਮਸ਼ੀਨਾਂ ਰੱਖੀਆਂ ਹੈਗੀਆਂ, ਜਿੱਦਾਂ ਦਸਤਾਵੇਜ਼ ਜਿਹੜੇ ਕੀਮਤੀ ਦਸਤਾਵੇਜ਼ ਰੱਖੇ ਹੋਏ ਨੇ, ਉੱਥੇ CRP ਦੀ ਡਿਪਲੋਇਮੈਂਟ ਕੀਤੀ ਗਈ ਹੈ। CRPF ਜਿਹੜੀ ਬਾਹਰੋਂ ਆਈ ਹੈਗੀ ਉੱਥੇ 24/7 ਉੱਥੇ ਡਿਪਲੋਇਮੈਂਟ ਕੀਤੀ ਹੋਈ ਹੈ।
ਹਰ ਸਟਰੋਂਗ ਰੂਮ ਤੇ ਅੱਗੇ CCTV ਕੈਮਰਾਸ ਤੇ 24/7 ਸਰਵੇਲੈਂਸ ਚਲਦੀ ਪਈ ਹੈ। ਨਾਲ ਇੱਕ ਵੀਡੀਓਗ੍ਰਾਫਰ 2400 ਘੰਟੇ ਇੱਥੇ ਹਾਜ਼ਰ ਹੈਗਾ। ਉਹਦੇ ਨਾਲ ਇੱਕ ਡਿਊਟੀ ਮੈਜਿਸਟਰੇਟ ਵੀ ਲਾਇਆ ਗਿਆ ਹੈਗਾ ਕਿ ਜੇਕਰ ਕੋਈ ਅਣਸੁਣੀ ਘਟਨਾ ਵਾਪਰਦੀ ਹੈ ਤਾਂ ਉਸੇ ਵੇਲੇ ਬਿਲਕੁਲ ਪੁਖਤਾ ਐਜ਼ ਪਰ ਦੀ ਇੰਸਟਰਕਸ਼ਨਸ ਐਕਸ਼ਨ ਲਿਆ ਜਾ ਸਕੇ। ਬਟ ਇਹ ਤਾਂ ਹੈਗੀ ਇਨਰ ਪੈਰਾਮੀਟਰ ਦੀ ਗੱਲ, ਜਿੱਥੇ ਕਿਸੇ ਦੀ ਐਂਟਰੀ ਪੋਸੀਬਲ ਨਹੀਂ ਹੈ, ਅਨਔਥੋਰਾਈਜ਼ ਬੰਦਾ ਉੱਥੇ ਜਾ ਹੀ ਨਹੀਂ ਸਕਦਾ। ਉਸ ਤੋਂ ਅੱਗੇ ਇੱਕ ਮਿਡਲ ਪੈਰਾਮੀਟਰ ਹੈਗਾ, ਪੈਰਾਮੀਟਰ ਹੈਗਾ ਜਿੱਥੇ ਸਟੇਟ ਆਰਮਡ ਪੁਲਿਸ ਦੀ ਡਿਪਲੋਇਮੈਂਟ ਕੀਤੀ ਗਈ ਹੈ 2400 ਘੰਟੇ। ਉਹਨਾਂ ਨੇ ਵੀ ਸਟੇਟ ਆਰਮ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਿਲਕੁਲ ਆਪਣਾ ਪੈਰਾਮੀਟਰ ਸਿਕਿਓਰ ਕਰਨ। ਸਾਰੇ ਪੈਰਾਮੀਟਰਸ 'ਤੇ ਲੋਗ ਬੁੱਕ ਲਗਾਈਆਂ ਗਈਆਂ ਹੈਗੀਆਂ ਕਿ ਜੋ ਬੰਦਾ ਇੱਥੇ ਐਂਟਰ ਕਰ ਰਿਹਾ, ਭਾਵੇਂ ਓਫੀਸ਼ੀਅਲ ਆਥੋਰਾਈਜ਼ਡ ਹੋਵੇ ਜਾਂ ਕੋਈ ਲੈਟਸ ਕੋਈ ਮੀਡੀਆ ਪਰਸੋਨੈਲ ਅੰਦਰ ਆਉਂਦਾ, ਤਾਂ ਸਾਰਿਆਂ ਦੀ ਐਂਟਰੀ ਇੱਥੇ ਕੀਤੀ ਜਾਵੇਗੀ ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਕੌਣ ਕੌਣ ਇੱਥੇ ਐਂਟਰ ਕਰ ਗਿਆ। ਇਸ ਤੋਂ ਅੱਗੇ ਜਿੱਥੇ ਆਪਾਂ ਖੜ੍ਹੇ ਹਾਂ ਇਹ ਹੈਗਾ ਆਊਟਰ ਪੈਰਾਮੀਟਰ, ਇੱਥੇ ਪੰਜਾਬ ਪੁਲਿਸ ਦੀ ਡਿਪਲੋਇਮੈਂਟ ਕੀਤੀ ਗਈ ਹੈ ਅਤੇ ਇੱਥੇ 50 ਤੋਂ ਉੱਤੇ ਮੁਲਾਜ਼ਮ ਨੇ ਅੱਡ CRPF ਸਟੇਟ ਆਰਮ ਪੁਲਿਸ ਅਤੇ ਪੰਜਾਬ ਪੁਲਿਸ ਦੇ। ਅਤੇ ਮੈਂ ਸਾਰਿਆਂ ਨੂੰ ਇਹ ਕਿਹਾ ਜਾ ਰਿਹਾ ਕਿ ਚੌਥੀ ਲਹਿਰ ਵੀ ਬਣਾਈ ਗਈ ਹੈ ਮੇਨ ਗੇਟ ਦੇ ਉੱਤੇ, ਬਿਕੋਜ਼ ਵਹੀਕਲ ਉਹੀ ਪਾਸ ਹੋਣਗੇ ਜਿਹਨਾਂ ਕੋਲ ਪਾਸ ਹੋਊਗਾ। ਅਸੀਂ ਇਹ ਉਲੀਕ ਰਹੇ ਹਾਂ ਕਿ ਕਿਸ ਤਰੀਕੇ ਨਾਲ ਕਿੱਥੇ ਆਪਾਂ ਬੈਰੀਕੇਡਿੰਗ ਕਰੀਏ, ਬਿਕੋਜ਼ ਇਸ ਵਾਰੀ 43 ਕੈਂਡੀਡੇਟਸ ਨੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ। ਸੋ ਹੋ ਸਕਦਾ ਹੈ ਕਿ ਸਾਰੇ ਕੈਂਡੀਡੇਟਸ ਦੇ ਆਪਣੇ ਕਾਊਂਟਿੰਗ ਏਜੰਟਸ ਇੱਥੇ ਆਉਣਗੇ, ਮੀਡੀਆ ਦਾ ਵੀ ਕਾਫੀ ਹੌਟਲੀ ਕੰਟੈਸਟਡ ਇਲੈਕਸ਼ਨ ਹੈ। ਸੋ ਹੋ ਸਕਦਾ ਹੈ ਮੀਡੀਆ ਦੇ ਵੀ ਵਹੀਕਲਸ ਆਉਣਗੇ। ਸੋ ਅਸੀਂ ਟ੍ਰੈਫਿਕ ਪੱਖੋਂ ਆਪਣੇ ਪੁਲਿਸ ਕਾਊਂਟਰ ਪਾਰਟਸ ਨਾਲ ਡੀਲ ਕਰਕੇ, ਕਿਉਂਕਿ ਇਨ ਇਸ ਆਊਟਰ ਪੈਰਾਮੀਟਰ ਦੇ ਅੱਗੇ ਤਾਂ ਵਹੀਕਲ ਆ ਹੀ ਨਹੀਂ ਸਕਦਾ। ਸੋ ਅਸੀਂ ਉਹ ਪੈਰਾਮੀਟਰ ਉਸ ਹਿਸਾਬ ਨਾਲ ਡਿਪੈਂਡਿੰਗ ਔਨ ਦਾ ਕਪੈਸਿਟੀ ਕਰਾਂਗੇ। ਅਤੇ ਜਿਵੇਂ ਤੁਸੀਂ ਆਖਿਆ ਸੀਗਾ ਕਿ ਕੋਈ ਇੱਥੇ ਲੋਅ ਐਂਡ ਆਰਡਰ ਦਾ ਇਸ਼ੂ, ਮੈਂ ਸਾਰਿਆਂ ਨੂੰ ਆਸ਼ਵਾਸਨ ਦੇਣਾ ਚਾਹੁੰਦਾ ਕਿ ਇੱਦਾਂ ਦਾ ਕੋਈ ਇਸ਼ੂ ਅਸੀਂ ਨਹੀਂ, ਅਸੀਂ ਪੂਰੇ ਤਰੀਕੇ ਨਾਲ ਪ੍ਰਪੇਅਰਡ ਹਾਂ। ਕਾਊਂਟਿੰਗ ਅਧਿਕਾਰੀਆਂ ਪੱਖੋਂ ਕਿੰਨੇ ਕੁ ਮੁਲਾਜ਼ਮ ਤੈਨਾਤ ਕੀਤੇ ਗਏ ਨੇ, ਕਹਿੰਦੇ ਉਹ ਬਿਲਕੁਲ ਜਿਵੇਂ ਹਰ ਟੇਬਲ 'ਤੇ ਹੀ ਇਨਫੈਕਟ ਤਿੰਨ ਤਿੰਨ ਚਾਰ ਚਾਰ ਮੁਲਾਜ਼ਮ ਡਿਪਿਊਟਡ ਹੁੰਦੇ ਆ, ਉਹਨਾਂ ਦੇ ਨਾਲ ਉਹਨਾਂ ਦਾ ਸਪੋਰਟ ਸਟਾਫ ਡਿਪਿਊਟਡ ਹੁੰਦਾ, EVM ਟੀਮਸ ਲੱਗੀਆਂ ਹੋਈਆਂ ਨੇ, ਮੈਜਿਸਟਰੇਟਸ ਲੱਗੇ ਹੋਏ ਨੇ ਅਤੇ ਹੋਰ ਇੰਨਾ ਸਪੋਰਟ ਸਟਾਫ ਹੈ। ਕੋਈ ਫੂਡ ਦੇ ਅਰੇਂਜਮੈਂਟ ਕਰ ਰਿਹਾ, ਕੋਈ ਹੋਰ ਕੁਛ ਕਰ ਰਿਹਾ, ਕੋਈ ਲੋਗ ਬੁੱਕਸ 'ਤੇ ਐਂਟਰੀ ਕਰ ਰਿਹਾ, ਇੱਕ ਪੂਰਾ IT ਸਟਾਫ ਟੀਮ ਡਿਪਿਊਟਡ ਹੈਗੀ, ਫਿਰ ਓਬਜ਼ਰਵਰ ਸਾਹਿਬ ਦਾ ਆਪ ਦਾ ਸਪੋਰਟ ਸਟਾਫ, ਮਾਈਕਰੋ ਓਬਜ਼ਰਵਰਸ ਨੇ। ਸੋ ਬਹੁਤ ਹੀ ਵੱਡੀ ਇੱਕ ਟੀਮ ਇੱਥੇ ਲੱਗੀ। ਟੋਟਲ ਕਿੰਨੇ ਕੁ ਅਸੀਂ ਕਹਿ ਸਕਦੇ ਕਿ ਪ੍ਰਸ਼ਾਸਨਿਕ ਔਰ ਪੁਲਿਸ ਮੁਲਾਜ਼ਮ ਇੱਥੇ, ਮਤਲਬ ਹੋ ਸਕਦਾ 200-150 ਤੋਂ ਲੈ ਕੇ 200 ਬੰਦੇ ਇੱਥੇ ਪ੍ਰੈਜੈਂਟ ਹੋਣਗੇ। ਅਤੇ ਕਿਉਂਕਿ ਉੱਪਰ ਪਾਸੇ ਜਿਹੜਾ ਫਸਟ ਫਲੋਰ ਹੈ ਉੱਥੇ 64 ਦਾ ਵੀ 64 ਹਲਕੇ ਦਾ ਜਿਹੜਾ ਕਾਊਂਟਿੰਗ ਹਾਲ ਹੈ ਅਤੇ ਸਟਰੋਂਗ ਰੂਮ ਹੈ ਉੱਥੇ ਬਣਿਆ ਹੋਇਆ, ਤੁਸੀਂ ਉਸ ਦਿਨ ਪਾਓਗੇ ਕਿ ਕਾਫੀ ਇੱਥੇ ਡਿਪਲੋਇਮੈਂਟ ਤੁਹਾਨੂੰ ਪੁਲਿਸ ਅਤੇ ਸਿਵਿਲ ਦੋਨੇ ਪੱਖੋਂ ਤੁਹਾਨੂੰ। ਮੇਨ ਗੇਟ ਹੈ PAU ਦੇ, ਇਹ ਤਾਂ ਨੋਰਮਲ ਬੰਦੇ ਦੀ ਐਂਟਰੀ ਹੈ ਹਜੇ। ਵੀ ਆਰ ਵਰਕਿੰਗ ਆਊਟ ਦਾ ਸਿਕਿਉਰਿਟੀ ਅਰੇਂਜਮੈਂਟਸ, ਬਿਕੋਜ਼ PAU ਯੂਨੀਵਰਸਿਟੀ ਹੈ, ਉਹਨਾਂ ਨਾਲ ਆਪਾਂ ਸਿਕਿਉਰਿਟੀ ਅਰੇਂਜਮੈਂਟਸ ਵਰਕਆਊਟ ਕਰ ਰਹੇ ਹਾਂ। ਚਾਰ ਲੇਅਰ ਦੀ ਸਿਕਿਉਰਿਟੀ ਰੱਖੀ ਗਈ, ਅਸੀਂ 3 ਲੇਅਰ ਤਾਂ ਐਜ਼ ਪਰ ECI ਇੰਸਟਰਕਸ਼ਨਸ ਬਿਲਕੁਲ ਹੀ ਕੰਪਲਸਰੀ ਨੇ, 4th layer ਵੀ ਡੂ ਇਟ ਫੋਰ ਦਾ ਟ੍ਰੈਫਿਕ ਮੈਨੇਜਮੈਂਟ, ਉਹ ਅਸੀਂ ਵਰਕਆਊਟ ਕਰ ਰਹੇ ਹਾਂ। ਸਰ ਕੱਲ੍ਹ ਸਕਰੀਨਾਂ ਵਗੈਰਾ ਲਗਾ ਕੇ ਲੋਕਾਂ ਨੂੰ ਜਿਹੜੇ ਬਾਹਰ ਆਉਂਦੇ ਉਹਨਾਂ ਦੇ 47 ਜਿਹੜੇ ਹੈਗੇ ਉਹਨਾਂ ਦੇ ਨੁਮਾਇੰਦੇ, ਉਹ ਐਜ਼ ਪਰ ECI ਇੰਸਟਰਕਸ਼ਨਸ ਅਸੀਂ ਕਾਊਂਟਿੰਗ ਦੀ ਵੈਬਕਾਸਟਿੰਗ ਅਲਾਊਡ ਨਹੀਂ ਹੈਗੀ, ਕਿਸੇ ਨੂੰ ਵੀ ਸਟਿਲ ਕੈਮਰਾ ਅੰਦਰ ਇੱਦਾਂ ਕੋਈ ਰੱਖ ਨਹੀਂ ਸਕਦਾ। ਬਟ ਆਫਕੋਰਸ ਤੁਸੀਂ ਬਾਹਰ ਜਿੱਥੇ ਦੇਖ ਰਹੇ ਹੋ LCD 'ਤੇ ਆ ਕੇ ਬੰਦੇ ਦੇਖ ਸਕਦੇ ਨੇ ਕਿ ਅੰਦਰ ਕੀ ਚੱਲ ਰਿਹਾ, ਬਿਕੋਜ਼ ਮੀਡੀਆ ਦਾ ਇੱਕ ਸਪੈਸੀਫਿਕ ਆਪਾਂ ਇੱਕ ਸਟੇਸ਼ਨ ਬਣਾਵਾਂਗੇ ਜਿੱਥੇ ਉਹ ਜਾ ਕੇ ਆਪਣੇ ਫੋਨ ਯੂਜ਼ ਕਰ ਸਕਦੇ ਨੇ ਜਾਂ ਕੋਈ ਹੋਰ ਉਹਨਾਂ ਨੇ ਕਮਿਊਨੀਕੇਸ਼ਨ ਅੱਗੇ ਕਰਨਾ। ਜਿਵੇਂ ਤੁਹਾਨੂੰ ਪਤਾ ਪੂਰੇ ਇੰਡੀਆ 'ਚ ਲਾਈਫ ਟਾਈਮ ਚੱਲਦਾ ਕਿ ਕਿੱਥੇ ਕਿੱਥੇ ਕੀ ਚੱਲ ਰਿਹਾ, ਸੋ ਉਹ ਅੰਦਰ ਜਾ ਕੇ ਇੱਕ ਵੱਡੀ ਸਕਰੀਨ ਅਸੀਂ ਲਾਈ ਹੈਗੀ, ਉੱਥੇ ਰਾਊਂਡ ਵਾਈਜ਼ ਤੁਹਾਨੂੰ ਰਿਜ਼ਲਟ ਪਤਾ ਲੱਗਣਗੇ ਐਸ ਕਿ ਕਿਹੜੇ ਕਿਹੜੇ ਕੈਂਡੀਡੇਟਸ ਨੇ। ਸੋ ਮੀਡੀਆ ਦੀ ਐਂਟਰੀ ਅਸੀਂ ਇੱਕ ਪਾਸੋਂ ਰੱਖਾਂਗੇ ਐਂਡ ਉਹਨਾਂ ਦਾ ਇੱਕ ਸਪੈਸੀਫਿਕ ਇੱਥੇ ਮੀਡੀਆ ਰੂਮ ਬਣਾਵਾਂਗੇ, ਕੰਟਰੋਲ ਸੈਂਟਰ ਬਣਾਵਾਂਗੇ। ਕੋਈ ਸ਼ਰਾਰਤੀ ਤੱਤਵ ਆਉਂਦਾ ਹੋਇਆ ਤਾਂ ਉਹ ਉੱਤੇ ਬੰਦੀ ਕਰਵਾਈ ਕਿਸ ਤਰੀਕੇ ਨਾਲ ਕੀਤੀ ਜਾਵੇ? ਬਿਲਕੁਲ ਕੀਤੀ ਜਾਵੇਗੀ, ਅਸੀਂ ਮੈਜਿਸਟਰੇਟਸ ਇੱਥੇ ਲੱਗੇ ਹੋਏ ਨੇ, 3 ਪੈਰਾਮੀਟਰਸ ਲੱਗੇ ਪੈਰੀਮੀਟਰਸ ਲੱਗੇ ਹੋਏ ਨੇ। ਸੋ ਅਸੀਂ ਬਿਲਕੁਲ ਉਹਦੀ ਬੰਦੀ ਕਰ ਰਹੇ ਐਜ਼ ਪਰ ਦੀ RPA, ਐਜ਼ ਪਰ ਦੀ ITC। ਜਿਹੜੇ ਸ਼ਰਾਰਤੀ ਤੱਤਵ ਹੋਣੇ ਉਹਨਾਂ ਦੇ ਉੱਤੇ ਜਿਹੜਾ ਬੰਦਾ ਪ੍ਰੋਬਲਮ ਕ੍ਰੀਏਟ ਕਰੂਗਾ, ਕੋਈ ਇਲੈਕਸ਼ਨ ਇੱਕ ਬਹੁਤ ਸੈਂਸਿਟਿਵ, ਇੱਕ ਬਹੁਤ ਹੀ
ਮਤਲਬ ਹੁਣ ਅਸੀਂ ਆਖਰੀ ਚਰਨ 'ਤੇ ਆ ਗਏ, ਹੁਣ ਬਿਲਕੁਲ ਡਿਕਲੇਅਰ ਹੋਣ ਜਾ ਰਹੇ ਹਾਂ। ਪੰਜਾਬ ਨੇ ਤਾਂ ਕਲੋਜਰ ਕੀਤਾ ਇਲੈਕਸ਼ਨ ਦਾ ਫੇਸ 7 ਦੇ ਵਿੱਚ ਹੋ ਕੇ। ਸਰ ਜਿਹੜੀ ਟੋਟਲ ਕਾਊਂਟਿੰਗ ਹੈ ਕਿੰਨੇ ਗੇਟ 'ਚ ਹੋਏਗੀ ਕੰਪਲੀਟ? ਕਿੰਨੇ ਟੋਟਲ ਜਿਹੜੀ ਕਾਊਂਟਿੰਗ ਹੈ ਅੰਦਰ? ਵੀ ਆਰ ਵਰਕਿੰਗ ਆਊਟ ਦਾ ਰਾਊਂਡ, ਅਸੀਂ 14 ਟੇਬਲਸ ਲਾਏ ਹੋਏ ਨੇ, ਸੋ 178 ਬੂਥ ਦੇ ਹਿਸਾਬ ਨਾਲ ਅਸੀਂ ਉਸ ਹਿਸਾਬ ਨਾਲ ਵਰਕਆਊਟ ਕਰਾਂਗੇ। ਅਸੀਂ ਬਿਕੋਜ਼ ਅੰਦਰ ਕਾਫੀ ਪ੍ਰਬੰਧ ਕਰਨੇ ਨੇ, ਸੋ ਅਸੀਂ ਵਰਕਆਊਟ ਕਰਾਂਗੇ। ਥੈਂਕ ਯੂ।